ਝੰਡਾ ਜੋ ਆਪਨੇ ਸਮਝਾਇਆ ਸੀ ਕਿ ਪਰਮੇਸ਼ਰ ਜੀ ਦਾ ਸਿਮਰਨ ਕਰੋ, ਸਿਮਰਨ ਨਾਲ ਸਾਡਾ ਇਹ ਮਨ ਸਾਈ ਦੀ ਹੋਂਦ ਦੇ ਸੰਸਕਾਰ ਅੰਦਰਲੇ ਸੰਸਕਾਰਾਂ ਵਾਲੇ ਮਨ ਵਿੱਚ ਲੈ ਜਾਏਗਾ। ਇਹ ਅੰਦਰਲਾ ਘਾਟ ਸਾਈ ਦੀ ਹੋਂਦ ਦੇ ਭਾਵ ਨਾਲ ਭਰ ਜਾਏਗਾ, ਉਸ ਦਾ ਸਰੂਪ ਅੰਦਰ ਵਸ ਜਾਏਗਾ। ਉਹ ਸਾਈ ਸਰਬ ਗੁਣਾਂ ਦਾ ਸੋਮਾ ਹੈ, ਨੇਕੀ ਸੁਧੀ ਅਤੇ ਨੇਕੀ ਸਾਰੀ ਹੈ। ਉਸ ਦੀ ਛੂਹ ਸਾਰੇ ਅਵਗੁਣਾਂ ਨੂੰ ਦੂਰ ਕਰਦੀ ਹੈ, ਜਿਵੇਂ ਸੂਰਜ ਦਾ ਪ੍ਰਕਾਸ਼ ਅੰਧਕਾਰ ਨੂੰ ਮਾਰਦਾ ਹੈ, ਤਿਵੇਂ ਉਸ ਦੇ ਅੰਦਰ ਵਸ ਜਾਣ ਨਾਲ ਸਭ ਅਵਗੁਣ ਦੂਰ ਹੋ ਕੇ ਗੁਣ ਭਰ ਜਾਣਗੇ। ਫਿਰ ਆਪਾ ਆਪੇ ਸ਼ੁੱਧ ਹੋ ਜਾਏਗਾ ਅਤੇ ਆਪਣੇ ਕਰਤਾਰ ਨਾਲ ਮਿਲ ਜਾਏਗਾ। ਇਹੋ ਆਪਨੇ ਸਮਝਾਇਆ ਹੈ ਨਾ ਗੁਰੂ ਜੀ? ਭਲੇ ਪੁਰਖਾ, ਇਹੋ ਸਾਡੀ ਮੱਤ, ਸਾਡਾ ਅੰਦਰਲਾ ਮਨ, ਸੁਰਤ ਸਾਰਾ ਕੁਝ ਭਰ ਰਿਹਾ ਹੈ ਪਾਪਾਂ ਦੀ ਮੈਲ ਨਾਲ। ਉਹ ਧੁੱਪ ਸਕਦਾ ਹੈ ਕੇਵਲ ਨਾਮ ਨਾਲ, ਬਸ ਇਹੋ ਸਿਧਾਂਤ ਹੈ। ਭਰੀਏ ਮਤ ਪਾਪਾਂ ਕੈ ਸੰਗ, ਉਹ ਧੁੱਪੈ ਨਵੈ ਕੈ ਰੰਗ। ਸਮਝ ਇਸ ਨੂੰ ਕਿਸੇ ਤਰ੍ਹਾਂ ਨਾਲ ਲਓ ਝੰਡਾ, ਠੀਕ ਫਰਮਾਇਆ ਨੇ ਨਾਮ ਕੀ ਕੂੰ ਜਪਾਂ ਗੁਰੂ ਜੀ। ਸਾਰਾ ਵੇਰਵਾ ਇਸ ਦੇ ਜਪਣ ਦੀ ਵਿਆਖਿਆ ਦਾ ਦੱਸ ਚੁੱਕੇ ਹਾਂ, ਹੁਣ ਜੇ ਥੋੜ੍ਹੇ ਅੱਖਰਾਂ ਵਿੱਚ ਸਮਝਣਾ ਹੀ ਤਾਂ ਫਿਰ ਸੁਣ ਲੈ। ਨਾਮ ਦਾ ਉਪਦੇਸ਼ ਅਤੇ ਨਾਮ ਦੀ ਮਹਿਮਾ ਉੱਚੀ ਹੈ। ਨਾਮ ਹੀ ਦਾਰੂ ਹੈ, ਨਾਮ ਹੀ ਅਰੋਗਤਾਈ ਹੈ, ਨਾਮ ਦੇ ਤੁੱਲ ਹੋਰ ਕੁਝ ਵੀ ਨਹੀਂ, ਪਰ ਨਾਮ ਅਮੋਲਕ ਹੈ। ਇਸ ਦੀ ਕਦਰ ਕੋਈ ਵਿਰਲਾ ਹੀ ਜਾਣਦਾ ਹੈ। ਸਾਈ ਨਾਮ ਅਮੋਲ ਕੀਮ, ਨਾ ਕੋਈ ਜਾਣ ਦੋ। ਸੋ ਪਹਿਲਾਂ ਇਸ ਦੀ ਕਦਰ ਇਸ ਦੇ ਜਪਣਹਾਰ ਜਾਣਨਹਾਰ ਤੋਂ ਸੁਣ ਕੇ ਮਨ ਵਿੱਚ ਤਾਰ ਲਈ, ਅਮੰਨਾ ਕੀਤਾ, ਭਰੋਸਾ ਬੰਨਿਆ, ਫਿਰ ਇਸ ਨਾਲ ਪ੍ਰੇਮ ਕੀਤਾ, ਅਰਥਾਰਥ ਪ੍ਰੇਮ ਨਾਲ ਜਪਣਾ ਆਰੰਭਿਆ। ਅੰਤਰਗਤ ਤੀਰਥ ਹੈ ਇੱਕ, ਅਰਥਾਰਥ ਸਾਡਾ ਆਪਣਾ ਮਨ ਇੱਕ ਤੀਰਥ ਹੈ। ਉਸ ਤੀਰਥ ਵਿੱਚ ਇਸ਼ਨਾਨ ਕਰਨਾ ਸਿੱਖਿਆ ਉਹ ਐਂ ਕਿ ਜੀਵ ਨਾਮ ਜਪੇ, ਮਨ ਸਿਮਰਨ ਵਿੱਚ ਜਾਵੇ, ਜਿਸ ਨੂੰ ਸਿਮਰਦਾ ਹੈ ਉਸ ਦੇ ਗੁਣਾਂ ਨੂੰ ਗਾਉਂਦਾ, ਸਿਫਤ ਸਲਾਹ ਦੇ ਭਾਵ ਵਿੱਚ ਭਰਦਾ, ਉਸ ਦੇ ਨਾਲ ਪ੍ਰੇਮ ਵਿੱਚ ਆਵੇ। ਇਹ ਅੰਤਰ ਮੁੱਖ ਇਸ਼ਨਾਨ ਹੈ। ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਨਾਓ। ਸੋ ਉਸ ਦੇ ਗੁਣਾਂ ਨੂੰ ਗਾਉਂਦਿਆਂ ਸਿਫ ਸਲਾਹ ਦੇ ਭਾਵ ਵਿੱਚ ਭਰਦਾ, ਉਸ ਦੇ ਨਾਲ ਪ੍ਰੇਮ ਵਿੱਚ ਆਵੇ। ਬਸ ਇਸ ਨਾਲ ਮਨ ਪ੍ਰਤੱਖ ਮਨ ਜੋ ਹੈ ਸੋ ਤਾਂ ਨਿਰਮਲ ਹੁੰਦਾ ਹੈ। ਇਸ ਨਾਲ ਮਨ ਦਾ ਸੰਸਕਾਰਾਂ ਨੂੰ ਲਈ ਬੈਠਾ ਹਿੱਸਾ ਵੀ ਸਮਾਂ ਪਾ ਕੇ ਨਿਰਮਲ ਹੋ ਜਾਂਦਾ ਹੈ। ਇਸ ਮਨ ਵਿੱਚ ਸਾਈ ਨਾਮ ਦੇ ਵਸ ਗਿਆ ਉਸ ਦੇ ਸੱਤ ਸਰੂਪ ਦੇ ਨਿਵਾਸ ਤੋਂ ਫਿਰ ਇੱਕ ਸੁਹਾਓ ਅਤੇ ਸੁੰਦਰਤਾ ਦੀ ਪ੍ਰਤੀਤੀ ਉਪਜ ਪੈਂਦੀ ਹੈ। ਸੱਤ ਸੁਹਾਣ ਸਦਾ ਮਨ ਚਾਓ, ਤਦੋਂ ਆਨੰਦ ਸਰੂਪ ਵਿੱਚ ਮਿਲ ਕੇ ਜੀਵ ਆਨੰਦ ਮਾਣਦਾ ਹੈ। ਸੋ ਪੁਰਖਾ, ਇਹ ਸਾਰੀ ਗੱਲਬਾਤ ਨੂੰ ਅਸੀਂ ਨਾਮ ਕਹਿੰਦੇ ਹਾਂ। ਨਾਮ ਨਾਲ ਕਲਿਆਣ ਹੈ, ਨਾਮ ਦੀ ਸ਼ਰਨ ਲਓ, ਸਾਰੀ ਵਿਆਕੁਲਤਾ ਅਤੇ ਘਬਰਾ ਹਟ ਜਾਣਗੇ। ਝੰਡਾ, ਅੱਛਾ ਇਤਨਾ ਸਾਰਾ ਜੋ ਕੁਝ ਆਪਨੇ ਸਮਝਾਇਆ ਹੈ ਨਾਮ ਹੈ। ਅਸਾਂ ਨਾਮ ਨਿਰਾ ਕਿਸੇ ਦੇ ਨਾਂ ਨੂੰ ਜਾਣ ਰੱਖਿਆ ਸੀ ਗੁਰੂ ਜੀ। ਨਾਮ ਵਿੱਦਿਆ ਹੈ, ਨਾਮ ਪਰਮੇਸ਼ਰ ਦਾ ਨਾਂ ਹੈ, ਨਾਮ ਪਰਮੇਸ਼ਰ ਦੇ ਗੁਣਾਂ ਦਾ ਸਰੋਵਰ ਹੈ, ਨਾਮ ਉਸ ਦਾ ਸਰੂਪ ਹੈ। ਨਾਉ ਪੂਜੀਐ ਨਾਉ ਮੰਨੀਐ,
ਅਖੰਡ ਸਦਾ ਸੱਚ ਸੋਏ। ਆਪੇ ਨੂੰ ਸਾਈਂ ਨਾਲ ਲਾਈ ਰੱਖਣਾ ਨਾਮ ਹੈ, ਨਾਲ ਲੱਗੇ ਰਹਿ ਕੇ ਰੰਗ ਤੇ ਰਸ ਵਿੱਚ ਜਿਉਣਾ ਨਾਮ ਹੈ। ਨਾਨਕ ਨਾਮ ਨਾ ਛੋਡੈ ਸਾਧਨ, ਨਾਮ ਸਹਿਜ ਸਮਾਣੀਆਂ। ਨਾਮ ਜੋ ਕੁਝ ਕਿਹਾ ਹੈ ਅਜੇ ਹੋਰ ਹੈ, ਨਾਮ ਇੱਕ ਤਿਆਰੀ ਅਤੇ ਯਤਨ ਹੈ ਜੋ ਸ਼ੁਭ ਕਰਮਾਂ ਤੋਂ ਉੱਪਰਲਾ ਸਾਧਨ ਅਤੇ ਦਰਜਾ ਹੈ। ਆਪਣੇ ਆਪ ਨੂੰ ਸਾਈਂ ਦੇ ਅਸਰ ਹੇਠ ਲਿਆਉਣਾ ਨਾਮ ਹੈ, ਜਿਵੇਂ ਪਾਲੇ ਲੱਗਦੇ ਸਰੀਰ ਨੂੰ ਸੂਰਜ ਦੇ ਸਨਮੁੱਖ ਕਰਨਾ ਆਪਣੇ ਪਾਲੇ ਨੂੰ ਹਰਨਾ ਹੈ, ਤਿਵੇਂ ਅਵਗੁਣੀ ਭਰਪੂਰ ਮਨ ਨੂੰ ਸਾਈਂ ਦੇ ਸਨਮੁੱਖ ਕਰਨਾ ਅਤੇ ਕਰੀ ਰੱਖਣਾ ਮਨ ਦੇ ਅਵਗੁਣਾਂ ਨੂੰ ਹਰ ਲੈਣਾ ਹੈ। ਇਹ ਮਨ ਨੂੰ ਸਾਈਂ ਦੇ ਅਰਥਾਂ ਅਸਰਾਂ ਲਈ ਉਸ ਦੇ ਸਨਮੁੱਖ ਕਰਨਾ ਅਤੇ ਰੱਖਣਾ, ਇਹ ਰੁੱਖ, ਇਹ ਝੁਕਾਓ, ਇਹ ਯਾਦ, ਇਹ ਯਤਨ ਸਭ ਨਾਮ ਹੈ। ਝੰਡੇ ਦਾ ਅੰਦਰ ਸੰਸਿਆਂ ਅਤੇ ਦੁਬਧਾ ਦੀਆਂ ਵਿਚਾਰਾਂ ਤੋਂ ਸਾਫ਼ ਹੋ ਗਿਆ, ਉਸ ਨੂੰ ਨਿਰਮਲ ਸੋਝੀ ਅਤੇ ਅਮੰਨਾ ਹੋਇਆ ਸੀ। ਉਹ ਸੁਣ ਸੁਣ ਕੇ ਪਿਆਰ ਦੇ ਉੱਚੇ ਵਲਵਲਿਆਂ ਨਾਲ ਭਰ ਰਿਹਾ ਸੀ। ਸਿਮਰਨ ਦੀ ਰੋਂ ਮਨ ਵਿੱਚ ਟੁਰ ਪਈ ਸੀ, ਸਵਾਦ ਆ ਰਿਹਾ ਸੀ। ਹੁਣ ਕੁਝ ਹੋਰ ਨਾ ਬੋਲਿਆ ਅਤੇ ਰਸ ਮਗਨ ਹੋ ਗਿਆ। ਉੱਧਰ ਮਰਦਾਨਾ ਭੋਜਨ ਖਾ ਕੇ ਦੂਰ ਜਾ ਕੇ ਕੁਰਲਾ ਪਾਣੀ ਕਰ ਦੱਬੇ ਪੈਰੀਂ ਉਰੇ ਆ ਕੇ ਮਲੱਕੜੇ ਜਿਹੇ ਕੋਲ ਆ ਬੈਠਾ। ਜਦ ਬਾਤਚੀਤ ਬਸ ਹੋਈ ਅਤੇ ਉਸਨੇ ਝੰਡੇ ਨੂੰ ਟਿਕਿਆ ਹੋਇਆ ਡਿੱਠਾ ਤਾਂ ਹੌਲੇ ਜਿਹੇ ਦਾਤਾ ਜੀ ਨੂੰ ਕਹਿਣ ਲੱਗਾ, ਹਾਂ ਹੁਣ ਤਾਂ ਪ੍ਰਾਹੁਣਾਚਾਰੀ ਕਰ ਚੁੱਕੇ ਹੋ, ਆਏ ਅਤਿਥੀ ਨੂੰ ਰੱਬੀ ਖਾਣਾ ਖੁਆਲ ਚੁੱਕੇ ਹੋ, ਹੁਣ ਤਾਂ ਆਪਣੇ ਸਰੀਰ ਨੂੰ ਕੁਝ ਆਨ ਪਾਣੀ ਦਾ ਆਧਾਰ ਦਿਓ ਨਾ। ਸਤਿਗੁਰੂ ਸੁਣ ਕੇ ਮੁਸਕਰਾਏ ਅਤੇ ਕਹਿਣ ਲੱਗੇ, ਮਰਦਾਨਿਆ ਠਹਿਰ ਜਾ, ਖੁਆਲਣਾ ਖਾਣ ਨਾਲੋਂ ਬਰਕਤ ਬੰਦਾ ਹੈ। ਸਮਾਂ ਲੰਘਦਾ ਗਿਆ ਪਰ ਮਰਦਾਨੇ ਦੇ ਦਿਲ ਨੂੰ ਆਪਣੇ ਪਿਆਰੇ ਦੀ ਭੁੱਖ ਚੈਨ ਨਹੀਂ ਸੀ ਲੈਣ ਦਿੰਦੀ। ਚਾਹੁੰਦਾ ਸੀ ਕਿ ਕਿਵੇਂ ਕੁਝ ਮੂੰਹ ਪਾਉਣ, ਦੋ ਤਰੇ ਵੇਰੀ ਉਸ ਦੇ ਬੋਲਣ ਨਾਲ ਝੰਡੇ ਦਾ ਧਿਆਨ ਆਪਣੀ ਮਗਨਤਾ ਵੱਲੋਂ ਇਸ ਪਾਸੇ ਪਰਤਿਆ ਕਿ ਹੈ ਅਜੇ ਤੱਕ ਦਾਤਾ ਸਾਈਂ ਜੀ ਭੁੱਖੇ ਹਨ ਅਤੇ ਮੈਂ ਸਵਾਰਥੀ ਨੇ ਉਹਨਾਂ ਤੋਂ ਅੰਮ੍ਰਿਤ ਭੋਜਨ ਖਾ ਖਾ ਕੇ ਬਸ ਨਹੀਂ ਕੀਤੀ ਅਤੇ ਉਹਨਾਂ ਨੂੰ ਦੋ ਪੈਸੇ ਪਰ ਅੰਨ ਮੂੰਹ ਪਾਉਣ ਦਾ ਵੀ ਵਿਹਲ ਨਹੀਂ ਲੈਣ ਦਿੱਤਾ। ਨਾਮ ਸਿਮਰਦਾ ਜਿਸ ਦੀ ਰੋਂ ਅੰਦਰ ਟੁਰ ਪਈ ਸੀ, ਰੱਬ ਹੱਥ ਜੋੜ ਕੇ ਆਖਣ ਲੱਗਾ, ਨਿਰੰਕਾਰ ਦੀ ਜੋਤ ਜੀ ਆਪ ਭੋਜਨ ਪਾਓ। ਗੁਰੂ ਜੀ ਅਜੇ ਕਿਸੇ ਹੋਰਸ ਨੂੰ ਖਵਾਲਣਾ ਹੈ, ਪਹਿਲੋਂ ਝੰਡਾ ਪਾਤਸ਼ਾਹ, ਫਿਰ ਇੱਥੇ ਉਦਿਆਨ ਵਿੱਚ ਨਾ ਬੈਠੋ ਅਤੇ ਇਸ ਦਾਸ ਦੇ ਡੇਰੇ ਚੱਲੋ। ਮੇਰਾ ਦੇ ਸਾਈਂ ਸੁਣ ਕੇ ਟੁਰ ਪਏ ਅਤੇ ਰਸਤੇ ਵਿੱਚ ਵਾਰਤਾਲਾਪ ਜੋ ਹੋਈ ਉਸ ਤੋਂ ਝੰਡੇ ਨੇ ਸਮਝ ਲਿਆ ਕਿ ਆਪ ਇੰਦਰ ਸੈਨ ਨੂੰ ਅੰਮ੍ਰਿਤ ਦਾਨ ਦਾ ਭੋਜਨ ਪਾਉਣਗੇ। ਝੰਡੇ ਨੂੰ ਇਹ ਵੀ ਅਫਸੋਸ ਆਇਆ ਕਿ ਮੈਂ ਆਪਣੇ ਮਿੱਤਰ ਨੂੰ ਪਹਿਲਾਂ ਕਿਉਂ ਨਾ ਸੱਦ ਲਿਆ, ਉਹ ਵੀ ਅੰਮ੍ਰਿਤ ਵਚਨ ਸੁਣਦਾ। ਇਸ ਤਰ੍ਹਾਂ ਵਿਚਾਰਦਾ ਸਤਿਗੁਰਾਂ ਨੂੰ ਘਰ ਡੇਰਾ ਕਰਾ ਕੇ ਗੁਰੂ ਜੀ ਦੀ ਆਗਿਆ ਵਿੱਚ ਇੰਦਰ ਸੈਨ ਨੂੰ ਸੱਦਣ ਚਲਾ ਗਿਆ ਅਤੇ ਉਸ ਨੂੰ ਮਿਲ ਕੇ ਕਹਿਣ ਲੱਗਾ, ਕਰਹਿ ਹੇਤ ਜਿਹ ਗਿਆਨ ਧਿਆਨਾ, ਮਿਲਾ ਸੰਤ ਪੂਰਨ ਗਤ ਦਾਨਾ, ਚਲਹੋ ਬੁਲਾਵਤ ਅਬ ਤਿਹ ਪਾਹੀ, ਤੁਮ ਬਿਨ ਅਸਨ ਅਚਤ ਸੋ ਨਾਹੀ। ਨਾਨਕ ਪ੍ਰਕਾਸ਼। ਇੰਦਰ ਸੈਨ ਸੁਣ ਕੇ ਖੁਸ਼ ਹੋਇਆ, ਦੋਵੇਂ ਇਕੱਠੇ ਟੁਰ ਪਏ। ਰਸਤੇ ਵਿੱਚ ਝੰਡੇ ਨੇ ਸਾਰੀ ਗੱਲਬਾਤ ਸੁਣਾਈ ਅਤੇ ਦੱਸਿਆ ਕਿ ਕੱਲ੍ਹ ਜਿਸ ਆਦਮੀ ਨੂੰ ਤੁਸੀਂ ਛੱਡ ਆਏ ਸੋ ਮੇਰੇ ਘਰ, ਸੋਈ ਪੁਰਖ ਸੀ ਉਸ ਜੋਤ ਨਿਰੰਜਨੀ ਦਾ ਕੀਰਤਨੀਆ। ਉਸ ਦੀਆਂ ਗੱਲਾਂ ਤੋਂ, ਗੁਰੂ ਨਾਨਕ ਦੇਵ ਜੀ ਦੇ ਵਾਕਾਂ ਤੋਂ ਜਾਣ ਪੈਂਦਾ ਹੈ ਕਿ ਉਹ ਸਾਨੂੰ ਜਾਣਦੇ ਹਨ ਅਤੇ ਸਾਡੇ ਤਾਰਨ ਮਿੱਤ ਇੱਧਰ ਆਏ ਹਨ। ਕੀਕੂ ਜਾਣਦੇ ਹਨ, ਕਦੋਂ ਕਣੇ ਜਾਣਦੇ ਹਨ, ਤੁਸੀਂ ਵਿਚਾਰ ਕਰੋ। ਮੈਨੂੰ ਤਾਂ ਜਾਪਦਾ ਹੈ ਕਿ ਉਹਨਾਂ ਦਾ ਅੰਦਰ ਦਿਵ ਜੋਤੀ ਹੈ ਔਰ ਉਹ ਸੁੱਤੇ ਸਿੱਧੀ ਉਹ ਕੁਝ ਜਾਣਦੇ ਹਨ ਜੋ ਅਸੀਂ ਅਕਲਾਂ ਫਿਕਰਾਂ ਨਾਲ ਵੀ ਨਹੀਂ ਨਾ ਜਾਣਦੇ। ਫਿਰ ਝੰਡੇ ਨੇ ਮਰਦਾਨੇ ਨਾਲ ਹੋਈ ਗੱਲਬਾਤ ਅਤੇ ਸਤਿਗੁਰਾਂ ਦੇ ਉਚਾਰੇ ਵਾਕ
ਜਿਵੇਂ ਕੋ ਯਾਦ ਸਾਸ ਇੰਦਰ ਸੈਨ ਨੂੰ ਸੁਣਾਏ। ਇੰਦਰ ਸੈਨ ਕਦੇ ਮੁਸਕਰਾਉਂਦਾ ਸੀ, ਕਦੇ ਅਥਰੂ ਭਰਦਾ ਸੀ ਅਤੇ ਕਦੇ ਸੋਚ ਵਿੱਚ ਲੈ ਜਾਂਦਾ ਸੀ। ਫਿਰ ਹੱਸਦਾ ਅਤੇ ਆਖਦਾ ਸੀ, ਆਪੇ ਹੀ ਦਿਆਲ ਹੁੰਦਾ ਹੈ ਤਾਂ ਜੀਵਨ ਦਾ ਕੁਝ ਬਣਦਾ ਹੈ। ਇਸ ਤਰ੍ਹਾਂ ਆਪੋ ਵਿੱਚ ਵਾਰਤਾਲਾਪ ਕਰਦੇ ਅਤੇ ਗੱਲਾਂ ਸਮਝਦੇ ਸਮਝਾਉਂਦੇ, ਅਚਰਜ ਹੁੰਦੇ ਅਤੇ ਸ਼ੁਕਰ ਵਿੱਚ ਪੈਂਦੇ, ਦੋਏ ਟੁਰੀ ਆਏ ਜਾਂ ਆ ਟਿਕਾਣੇ ਪੁੱਜੇ ਤਾਂ ਇੰਦਰ ਸੈਨ ਨੇ ਅੱਗੇ ਹੋ ਕੇ ਮੱਥਾ ਟੇਕਿਆ। ਮਾਨੁੱਖ ਕੁਲ ਦੇ ਸ਼੍ਰੋਮਣੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਸ਼ੀਰਵਾਦ ਦਿੱਤੀ, ਆਓ ਭਾਈ ਇੰਦਰ ਸੈਨ ਰਾਜੀ ਹੋ। ਇੰਦਰ ਸੈਨ ਦਰਸ਼ਨ ਕਰਦੇ ਸਾਰ ਐਂ ਖਿੱਚ ਖਾ ਗਿਆ ਜਿਵੇਂ ਕੋਈ ਮੁੱਦਤਾਂ ਦੇ ਜਾਣੇ ਸਿਆਣੇ ਪਰਮ ਹਿਤੂ ਜੀ ਮਿਲਦੇ ਹਨ। ਡਾਢੇ ਪਿਆਰ ਵਿੱਚ ਆ ਕੇ ਕਹਿਣ ਲੱਗਾ, ਆਪਦੀ ਮਿਹਰ ਹੈ ਤਰੁੱਠੇ ਹੋ ਬਿਰਧ ਸੰਭਾਲਿਆ ਨੇ, ਮੁੱਦਤਾਂ ਤੋਂ ਤਰਲੇ ਲੈ ਰਿਹਾ ਸਾਂ, ਹੁਣ ਚਾਨਣਾ ਦਿਓ ਅਤੇ ਪਰਦਾ ਉਠਾ ਕੇ ਦਿਖਾ ਦਿਓ ਜੋ ਹੈ ਦੇਖਣ ਯੋਗ। ਗੁਰੂ ਜੀ, ਜੋ ਮਨ ਨਾਲ ਸੋਚੀਦਾ ਹੈ ਉਹ ਜਾਣਨਾ ਹੈ ਗਿਆਨ ਹੈ, ਪਰ ਮਨ ਦੀ ਸੋਚ ਵਿੱਚ ਉਹ ਨਹੀਂ ਆ ਸਕਦਾ ਜੋ ਸੋਚ ਤੋਂ ਪਰੇ ਹੈ। ਇਹੋ ਪਰਦਾ ਹੈ ਜੋ ਅਸਾਂ ਆਪੇ ਅੱਗੇ ਤਾਂ ਰੱਖਿਆ ਹੈ। ਇੰਦਰ ਸੈਨ, ਘਾਲ ਜੋ ਕਰਦੇ ਰਹੋ ਅਤੇ ਜੋ ਕਰੀਦੀ ਹੈ ਉਹ ਨੂਰ ਲਈ ਹੀ ਕਰੀਦੀ ਹੈ, ਪਰ ਨੂਰ ਤਾਂ ਖੁੱਲ੍ਹਦਾ ਹੈ ਜੇ ਮਨ ਤੋਂ ਪਰੇ ਪ੍ਰਤੀਤੀ ਦੇ ਦੇਸ਼ ਨੂੰ ਟੁਰੀਏ। ਉਸ ਦਾ ਮਾਰਗ ਪ੍ਰੇਮ ਹੈ, ਭਗਤੀ ਹੈ। ਇੰਦਰ ਸੈਨ, ਸੱਚ ਹੈ ਭਗਤੀ ਅੰਤ ਨੂੰ ਮਿਲਾਉਂਦੀ ਹੈ ਅਤੇ ਗਿਆਨ ਅੰਤ ਨੂੰ ਪਰਦਾ ਦੂਰ ਕਰਦਾ ਹੈ, ਪਰ ਮਨਾਂ ਦੇ ਰੁੱਖ ਅਡਰੇ ਹਨ, ਝੰਡੇ ਦਾ ਰੁੱਖ ਭਗਤੀ ਵੱਲ ਵਧੇਰੇ ਪੈਂਦਾ ਹੈ। ਮੇਰਾ ਗਿਆਨ ਮੰਨੇ ਹਾਂ ਦੋਵੇਂ ਸਤਸੰਗੀ, ਸਾਧਨ ਦੋਹਾਂ ਨੇ ਇੱਕੋ ਕੀਤੇ ਹਨ, ਮਨ ਨੂੰ ਧਾਵਣੋ ਵਰਜਣਾ, ਹਾਂ ਨਾਮ ਰੂਪ ਤੋਂ ਮਨ ਨੂੰ ਹਟਾ ਹਟਾ ਕੇ ਇੱਕ ਸਾਰ 'ਤੇ ਟਿਕਣ ਦਾ ਯਤਨ ਕਰਦੇ ਰਹੇ ਹਾਂ, ਪਰ ਬਣਿਆ ਨਹੀਂ ਕੁਝ। ਇੱਕ ਛੂਣ ਜਿਹੀ ਵਿੱਚ ਟਿਕਾਓ ਜਿਹਾ ਕੁਝ ਪਾਸਦਾ ਹੈ ਜੋ ਉੱਕ ਜਾਂਦਾ ਹੈ ਜਾਂ ਜਿਸ ਤੋਂ ਛੇਤੀ ਉਟਕ ਉਟਕ ਜਾਈਦਾ ਹੈ। ਕੋਈ ਰੇਖ ਵਿੱਚ ਮੇਖ ਮਾਰੋ, ਕੋਈ ਸਰ ਸੰਦ ਕੇ ਛੱਡੋ ਜੋ ਹਨੇਰਾ ਜਿਹਾ ਜਿਹੜਾ ਰਹਿੰਦਾ ਹੈ ਦੂਰ ਹੋਵੇ। ਕੁਝ ਦਿਨ ਅਸਾਂ ਦੋਹਾਂ ਕੁਝ ਯੋਗ ਸਾਧਨ ਵੀ ਕੀਤੇ ਹਨ, ਪ੍ਰਸ਼ੰਸਾ ਘੱਟ ਵਿੱਚ ਉਖੇੜਦਾ ਰਹਿੰਦਾ ਹੈ। ਹਾਂ ਇੱਕ ਗੱਲ ਕਦੇ ਕਦੇ ਮੇਰੇ 'ਤੇ ਵਾਪਰਦੀ ਹੈ, ਐਂ ਭਾਸਦਾ ਰਿਹਾ ਹੈ ਕਿ ਮਿਹਰ ਹੋਵੇਗੀ, ਆਪ ਆਵੇਗਾ, ਲੜ ਲਾਵੇਗਾ। ਗੁਰੂ ਜੀ, ਫਿਰ ਇੱਛਾ ਕੀ ਹੈ, ਲੋੜ ਕਿਵੇਂ ਹੈ? ਇੰਦਰ ਸੈਨ, ਬਹੁਤ ਦਿਨਨ ਕੀ ਹਮ ਉਰ ਚਾਹੂ, ਕਰਹੂ ਦਵੈਤ ਸਭ ਉਰਤੇ ਉੜਦੇ ਦਾਹੂ, ਗਿਆਨਾਨੰਦ ਦਾਨ ਕੋ ਦੀਜੈ, ਹਮ ਪਰ ਸੰਤ ਕਿਰਪਾਲ ਪ੍ਰਸਿਜੈ, ਕੂਟਕ ਜਨਮ ਬਿਤੀਤੇ ਭੁੱਲੇ, ਨਿਜ ਸਰੂਪ ਤੇ ਭੇ ਪ੍ਰਤਕੂਲੇ, ਸੋ ਸਰੂਪ ਅਬਦੇਹੋ ਦਿਖਾਏ, ਜਾਂ ਮੈਂ ਕਭੂ ਨਾ ਆਵਨ ਜਾਈ, ਹਿਰਖ ਸ਼ੋਕ ਕੇ ਦੁੰਦ ਬਿਹਨਾ, ਜੋ ਕਹੇ ਮਲ ਤੇ ਹਵੈ ਨਾ ਮਲੀਨਾ। ਸੁਣ ਕੇ ਸ੍ਰੀ ਗੁਰੂ ਜੀ ਮੁਸਕਰਾਏ ਅਤੇ ਬੋਲੇ, ਜੇ ਗਿਆਨਾਨੰਦ ਦੀ ਇੱਛਾ ਹੈ ਤਾਂ ਸਾਨੂੰ ਗੁਰੂ ਦਸ਼ਨਾ ਕੀ ਦਿਓਗੇ? ਇੰਦਰ ਸੈਨ, ਜੋ ਆਗਿਆ ਕਰੋ ਗੁਰੂ ਜੀ, ਸਰਬੰਸ ਦੇ ਦਿਓ। ਇੰਦਰ ਸੈਨ ਜੀ ਕਹਿਣ ਲੱਗੇ, ਹਮਰਾ ਧਨ ਧਾਨਾ ਸਦਨ ਸਹਿਤ ਤੁਮ ਚਰਨ ਚੜਾਨਾ, ਹਮ ਨਾ ਗ੍ਰਹਿਣ ਕਰੇ ਅਬ ਕਉ, ਜੋ ਸਰਬੰਤ ਹੁਤੋ ਦੇ ਸੋਊ। ਗੁਰੂ ਜੀ, ਹੁਣ ਤੁਸਾਂ ਪਾਸ ਆਪਣਾ ਕੀ ਰਹਿ ਗਿਆ ਹੈ? ਇੰਦਰ ਸੈਨ, ਇੱਕ ਇਹ ਸਰੀਰ। ਗੁਰੂ ਜੀ, ਇਹ ਵੀ ਦੇ ਦਿਓ। ਇੰਦਰ ਸੈਨ, ਸੱਤ ਵਚਨ, ਇਹ ਵੀ ਅਰਪਣ ਹੈ ਆਪ ਦੇ। ਗੁਰੂ ਜੀ, ਹੁਣ ਆਪ ਪਾਸ ਆਪਣਾ ਕੀ ਬਾਕੀ ਹੈ? ਇੰਦਰ ਸੈਨ, ਅੰਤ ਹੈ ਕਰਨ। ਗੁਰੂ ਜੀ, ਇਹ ਵੀ ਅਰਪ ਦਿਓ, ਕਿਉਂਕਿ ਇਹ ਵੀ ਤੁਹਾਡੇ ਸਰਬੰਸ ਵਿੱਚੋਂ ਹੈ, ਇਹ ਵੀ ਤੁਹਾਡੀ ਮੈਂ ਨਹੀਂ ਪਰ ਮੈਂ ਦਾ ਮੇਰਾ
ਤੁਹਾਡੀ ਵਸਤੂ ਜਿਸ ਦੇ ਤੁਸੀਂ ਮਾਲਕ ਹੋ। ਇੰਦਰ ਸੈਨ, ਇਹ ਵੀ ਸਮਰਪਣ ਹੈ। ਗੁਰੂ ਜੀ, ਹੁਣ ਜੋ ਸੰਸਥਾ ਤੁਹਾਨੂੰ ਹੈ ਉਹ ਪੁੱਛੋ ਜਿਸ ਕਰਕੇ ਗਿਆਨ ਵਿੱਚ ਕਸਰ ਹੈ। ਇੰਦਰ ਸੈਨ ਨੇ ਜਦ ਪ੍ਰਸ਼ਨ ਕੀਤਾ ਤਾਂ ਦਾਤਾ ਜੀ ਨੇ ਆਖਿਆ, ਭਾਈ ਇਹ ਜੋ ਹੁਣ ਤੁਹਾਨੂੰ ਸੰਕਲਪ ਫੁਰਦੇ ਹਨ ਜਿਨ੍ਹਾਂ ਕਰਕੇ ਸੰਸੇ ਪੁੱਛਦੇ ਹੋ, ਸੋ ਤਾਂ ਮਨ ਦਾ ਧਰਮ ਹੈ। ਮਨ ਨੂੰ ਫੁਰਨਾ ਫੁਰਦਾ ਹੈ, ਸੰਕਲਪ ਉਪਜਦੇ ਹਨ, ਸੰਸੇ ਉੱਠਦੇ ਹਨ। ਮਨ ਤੁਸੀਂ ਸਾਨੂੰ ਅਰਪ ਚੁੱਕੇ ਹੋ, ਸਾਨੂੰ ਅਰਪੇ ਸ਼ੈ ਨਾਲ ਤੁਸੀਂ ਜੋ ਸੰਕਲਪ ਕਰਦੇ ਹੋ, ਸੋ ਹੁਣ ਤੁਹਾਡਾ ਧਰਮ ਨਹੀਂ ਹੈ। ਇਹ ਸੁਣ ਕੇ ਦੋਵੇਂ ਅੰਦਰ ਇੱਕ ਅਚਰਜ ਦਸ਼ਾ ਵਿੱਚ ਹੋ ਗਏ। ਸੰਕਲਪ ਫੁਰਨੋਂ ਰੁੱਕ ਖੜੋਤਾ, ਫੁਰੇ ਤਾਂ ਅੰਦਰੋਂ ਹੀ, ਦੂਜਾ ਫੁਰਨਾ ਫੁਰੇ ਇੱਕੇ, ਇਹ ਧਰਮ ਨਹੀਂ। ਇਉਂ ਯਤਨ ਕਰਦੇ ਦੋਵੇਂ ਇੱਕ ਟਿਕਾਓ ਜਿਹੇ ਵਿੱਚ ਹੋ ਗਏ। ਫਿਰ ਗੁਰੂ ਜੀ ਨੇ ਕਿਹਾ, ਤੁਸਾਂ ਦੇ ਅੰਦਰ ਜੋ ਆਪਣੀ ਚਿਤਵਨਾ 'ਤੇ ਹਉਂ ਮਾਤਰ ਹੈ, ਸੋ ਵੀ ਅੰਤਹਿਕਰਨ ਦਾ ਧਰਮ ਹੈ ਜੋ ਤੁਸੀਂ ਦੇ ਚੁੱਕੇ ਹੋ। ਇਹ ਕਹਿੰਦਿਆਂ ਆਪਦੇ ਨੈਣਾਂ ਨੇ ਇੱਕ ਐਸਾ ਬਾਣ ਮਾਰਿਆ ਕਿ ਦੋਹਾਂ ਦਾ ਭਾਅ ਦੂਈ ਦੀ ਛੋਹ ਤੋਂ ਪਰੇ ਹੋ ਗਿਆ। ਜੋ ਪਰਛਾਈ ਕਿ ਹਉਂ ਹਉਂ ਮੈਂ ਦੇ ਫੁਰਨੇ ਨੇ ਪਾਈ ਹੋਈ ਸੀ, ਸੋ ਦੂਰ ਹੋਈ ਅਤੇ ਉਹ ਦੋਵੇਂ ਆਪਣੇ ਆਪੇ ਵਿੱਚ ਟਿਕ ਗਏ। ਜੋ ਗੱਲ ਕਦੇ ਉਹਨਾਂ ਨੇ ਆਪਣੇ ਸਾਧਨਾ ਨਾਲ ਆਪਣੇ ਤਜਰਬੇ ਵਿੱਚੋਂ ਨਹੀਂ ਸੀ ਲੰਘਦੀ ਵੇਖੀ, ਅੱਜ ਲੰਘੀ। ਹਾਂ, ਦੋਹਾਂ ਨੂੰ ਅਨੁਭਵ ਹੋ ਗਏ। ਕੁਝ ਚਿਰ ਮਗਰੋਂ ਨੈਣ ਖੁੱਲ੍ਹੇ ਤਾਂ ਸ੍ਰੀ ਸਤਿਗੁਰੂ ਜੀ ਬੋਲੇ, ਤੁਸਾਂ ਦਾ ਧਨ ਧਾਮ ਸਰੀਰ ਅੰਤਹਿਕਰਨ ਸਭ ਕੁਛ ਤੁਸਾਂ ਦਾ ਹੈ। ਤੁਸਾਂ ਪਾਸ ਰਹੇ ਜਦ ਤੱਕ ਹੈ ਸਰੀਰ, ਅਸਾਂ ਨੂੰ ਕਾਈ ਸ਼ੈ ਦੀ ਲੋੜ ਨਹੀਂ। ਅਸਾਂ ਲਏ ਸਨ ਤੁਸਾਨੂੰ ਮੈਂ ਮੇਰੀ ਤੋਂ ਚੁੱਕ ਕੇ ਅਸਲ ਮੈਂ ਦਾ ਝਲਕਾ ਦਿਖਾਉਣ ਵਾਸਤੇ। ਮੈਂ ਮੇਰੀ ਅੰਦਰੋਂ ਉੱਠਦੀਆਂ ਨਹੀਂ, ਇਸ ਕਰਕੇ ਆਪੇ ਵਿੱਚ ਟਿਕਾਓ ਨਹੀਂ ਮਿਲਦਾ। ਅਸਾਂ ਤੁਹਾਨੂੰ ਤੁਹਾਡੀ ਸਾਰੀ ਮੈਂ ਅਤੇ ਮੇਰੀ ਉਪਰੀ ਕਰਕੇ ਦਿਖਾਈ ਹੈ, ਹੁਣ ਬਾਕੀ ਕੀ ਰਿਹਾ? ਆਪੇ ਦਾ ਆਪੇ ਵਿੱਚ ਆਪੇ ਨੂੰ ਪ੍ਰਤੀਤ ਕਰਨਾ। ਸੋ ਪ੍ਰਤੀਤੀ ਤੁਸਾਂ ਨੇ ਹੁਣ ਮਾਣ ਲਈ ਹੈ? ਹਾਂ, ਦੇਖ ਲਈ ਹੈ। ਹੁਣ ਕਦੇ ਇਸ ਮੈਂ ਮੇਰੀ ਨੂੰ ਜੋ ਉੱਪਰ ਕੀਤੀ ਨੇ ਆਪਣੀ ਨਾ ਕਰਿਓ, ਤਾਂ ਗਿਆਨ ਜੋ ਹੁਣ ਦਾਨ ਹੋਇਆ ਹੈ ਟਿਕਿਆ ਰਹੇਗਾ, ਨਹੀਂ ਤਾਂ ਮੁੜ ਸਿਥਲਤਾ ਹੋਵੇਗੀ, ਢਿੱਲ ਪਏਗੀ। ਇਸ ਲਈ ਨਾਮ ਬਿਆਸ ਦੀ ਸਦਾ ਲੋੜ ਹੈ। ਜਦੋਂ ਸਿਥਲਤਾ ਹੋਵੇ ਤਾਂ ਬਿਆਸ ਨਾਲ ਦੂਰ ਹੁੰਦੀ ਹੈ, ਅਤੇ ਇਹ ਜੋ ਝਲਕਾ ਤੁਹਾਨੂੰ ਹੁਣ ਵੱਜਾ ਹੈ, ਸੋ ਮੁੜ ਵੱਜਦਾ ਰਹਿੰਦਾ ਹੈ। ਤਾਂ ਤੇ ਨਾਮ ਦਾ ਲੜ ਘੁੱਟ ਕੇ ਫੜ ਲਓ, ਹੁਣ ਟੁਰੋ ਅੱਗੇ, ਆਤਮਾ ਦਾ ਪਰਮਾਤਮਾ ਨਾਲ ਮੇਲ। ਸ਼ੁੱਧ ਹੋਏ ਨਿਰਮਲ ਅਤੇ ਨਹਿ ਕੇਵਲ ਹੋਏ ਆਤਮਾ ਵਿੱਚ ਵੀ ਪਹਿਲੋਂ ਕਮਾਈ ਭਗਤੀ ਅਤੇ ਅਤ ਸੁਖਮ ਅਤੇ ਸਮਝੋ ਪਰੇ ਪ੍ਰੇਮ ਭਾਵ ਦੀ ਲੋੜ ਹੈ। ਜੋ ਇਸ ਆਤਮ ਤੱਤ ਨੂੰ ਜਿਸ ਨੂੰ ਤੁਸੀਂ ਅਨੁਭਵ ਕੀਤਾ ਹੈ, ਪਰਮੇਸ਼ਰ ਜੀ ਨਾਲ ਮੇਲ ਦਿੰਦਾ ਹੈ। ਨਿਰਾ ਆਤਮਾ ਦਾ ਨਿਹ ਕੇਵਲ ਹੋ ਜਾਣਾ ਕਾਫੀ ਨਹੀਂ, ਨਿਹ ਕੇਵਲ ਹੋ ਕੇ ਪਰਮਾਤਮਾ ਜੀ ਨੂੰ ਮਿਲੀਦਾ ਹੈ। ਇੱਥੇ ਨਦਰ ਦਾ ਕ੍ਰਿਸ਼ਮਾ ਕੰਮ ਕਰਦਾ ਹੈ। ਜੀਵਾਤਮਾ ਜਦ ਇੱਥੇ ਆਵੇ ਤਾਂ ਕੋਈ ਕ੍ਰਿਸ਼ਮਾ ਅਨੰਤ ਵਿੱਚੋਂ ਅਤੇ ਅਨੰਤ ਵੱਲੋਂ ਸਵੱਛੰਦ ਵਰਤਦਾ ਹੈ। ਜੋ ਜੀਵ ਤੱਤ ਨੂੰ ਪਰਮ ਤੱਤ ਪਰਮਾਤਮਾ ਤੱਤ ਨਾਲ ਮੇਲ ਦਿੰਦਾ ਹੈ। ਬਾਬਾ ਜੁਗਤਾ ਜੀਓ, ਜੁਗ ਹੈ ਜੁਗ ਜੋਗੀ, ਪਰਮ ਤੰਤ ਮਹਿ ਜੋਗ। ਜੀਵ ਤੱਤਵ ਦਾ ਨਿਰੋਲ ਹੋ ਕੇ ਬ੍ਰਹਮ ਤੱਤਵ ਵਿੱਚ ਮਿਲਾਪ, ਇਹ ਜੀਵ ਤੱਤਵ ਦਾ ਕਰਤਵ ਨਹੀਂ, ਇਹ ਬ੍ਰਹਮ ਤੱਤਵ ਦੀ ਮਿਹਰ ਹੁੰਦੀ ਹੈ। ਇਸ ਨੂੰ ਨਦਰ ਆਖੀਦਾ ਹੈ। ਇਹ ਅਸਾਂ ਤੁਹਾਨੂੰ ਤੁਹਾਡੀ ਸਮਝ ਪੈਣ ਲਈ ਬੋਲੀ ਵਿੱਚ ਸਮਝਾਇਆ ਹੈ, ਜਿਸ ਦਾ ਤੁਹਾਨੂੰ ਸੁਭਾਅ ਪਿਆ ਹੋਇਆ ਹੈ। ਮੋਟੇ ਅੱਖਰਾਂ ਵਿੱਚ ਸਮਝ ਲਓ ਕਿ ਸਾਡੇ ਅੰਦਰਲੇ ਦੀ ਉੱਨਤੀ ਤਾਂ ਹੁੰਦੀ ਹੀ ਹੈ, ਜੇ ਪਰਮੇਸ਼ਰ ਜੀ ਦੇ ਪ੍ਰੇਮ ਵਿੱਚ ਆਵੇ ਤਾਂ ਹੁੰਦੀ ਹੈ। ਪ੍ਰੇਮ ਕਰਨ ਦਾ ਢੰਗ, ਪ੍ਰੇਮ ਦਾ ਵਰਤਾਓ, ਪ੍ਰੇਮ ਦਾ ਸਰੂਪ ਹੈ ਨਾਮ। ਨਾਮ ਦਾ ਸਾਰਾ ਪ੍ਰਕਰਨ ਝੰਡਾ ਸਮਝ ਚੁੱਕਾ ਅਤੇ ਤੁਸਾਨੂੰ ਦੱਸ ਚੁੱਕਾ ਹੈ। ਨਾਮ ਨਾਲ ਆਪਾ ਆਪੇ ਵਿੱਚ ਆ ਜਾਂਦਾ ਹੈ,
ਤੇ ਸਾਰੇ ਰੋਕਣ ਵਾਲੇ ਸਮਾਨਾਂ ਤੋਂ ਉੱਚਾ ਹੋ ਜਾਂਦਾ ਹੈ ਤੇ ਹਰ ਪ੍ਰਕਾਰ ਦੇ ਆਵਰਣ ਤੋਂ ਛੁੱਟਦਾ ਹੈ। ਇਸ ਦੇ ਆ ਸੰਦੇਸ਼ੇ ਦੇ ਪੱਟ ਟੁੱਟਦੇ ਹਨ। ਨਾਮ ਰੂਪੀ ਪ੍ਰੇਮ ਦਾ ਅੰਦਰ ਨਿਵਾਸ ਹੋਣ ਕਰਕੇ ਉਸ ਆਪੇ ਵਿੱਚ ਪਰਮੇਸ਼ਰ ਜੀ ਵੱਲ ਝੁਕਾਓ ਹੁੰਦਾ ਹੈ, ਤਾਂਘ ਅਤੇ ਉਲਾਰ ਹੁੰਦਾ ਹੈ। ਉਸ ਉਲਾਰ ਪਰ ਪਰਮੇਸ਼ਰ ਜੀ ਦੀ ਮਿਹਰ ਪੈ ਕੇ ਉਸ ਨੂੰ ਚਰਨ ਸ਼ਰਨ ਜਾਂ ਕਹੋ ਆਪਣੇ ਸਰੂਪ ਵਿੱਚ ਲੈ ਲੈਂਦੀ ਹੈ। ਇਹ ਪਰਮ ਪਦ ਹੈ, ਇਹ ਗਿਆਨ ਹੈ, ਇਹ ਵਸਲ ਹੈ। ਜੇ ਜੀਵ ਲਗਾਤਾਰ ਅਭਿਆਸ ਵਿੱਚ ਨਾ ਰਹੇ ਅਤੇ ਸਮਝ ਵਿੱਚ ਗਿਆਨ ਦੀਆਂ ਗੱਲਾਂ ਪੈ ਜਾਣ ਤਾਂ ਜੋ ਗਿਆਨ ਹੁੰਦਾ ਹੈ ਉਹ ਅਸਲੀ ਗਿਆਨ ਨਹੀਂ ਜੇ ਹੁੰਦਾ, ਉਹ ਮਨ ਦਾ ਧਰਮ ਹੈ। ਜਾਣਨਾ ਮਾਤਰ ਉਹ ਗਿਆਨ ਦੇ ਸਕਾਲ ਵਿੱਚ ਹੈ, ਉਸ ਨਾਲ ਜੀਵ ਛੁੱਟਦਾ ਨਹੀਂ। ਹਾਂ, ਨਾਮ ਦੇ ਰੰਗ ਨਾਲ, ਪ੍ਰੇਮਾ ਭਗਤੀ ਨਾਲ ਜੋ ਕੁਝ ਅੰਤ ਨੂੰ ਪ੍ਰਾਪਤ ਹੁੰਦਾ ਹੈ ਸੋ ਅਸਲ ਗਿਆਨ ਹੈ, ਸਫਲ ਗਿਆਨ ਹੈ, ਅਨੁਭਵ ਹੈ ਸੋ ਪ੍ਰਾਪਤੀ ਹੈ, ਯਥਾਰਥ ਹੈ। ਯਥਾ ਸ੍ਰੀ ਗੁਰੂ ਗ੍ਰੰਥ ਵਾਕ ਅਤ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਸੋ ਪ੍ਰੇਮ ਮੁੱਖ ਵਸਤੂ ਹੈ, ਹੋਰ ਚੰਚਲਤਾਈਆਂ ਹਨ ਮਨ ਬੁੱਧੀ ਦੀਆਂ। ਇੰਦਰ ਸੈਨ ਝੰਡੇ ਨੂੰ ਆਪ ਦੇ ਨਾਮ ਦੀ ਗੱਲ ਸਮਝਾਉਣ ਨਾਲ ਸੋਝੀ ਉਹ ਆਈ ਹੈ। ਆਪ ਦੀ ਦੱਸੀ ਨਾਮ ਦੀ ਵਿੱਦਿਆ ਕੁਝ ਝੰਡੇ ਤੋਂ ਅਤੇ ਕੁਝ ਹੁਣ ਆਪ ਜੀ ਤੋਂ ਮੈਂ ਸਮਝੀ ਹੈ। ਸੁਖੀ ਹੋ ਗਏ ਹਾਂ ਦੋਵੇਂ, ਚਿੱਤ ਵਿੱਚੋਂ ਸੰਸੇ ਉੱਠ ਗਏ ਹਨ ਅਤੇ ਪਰਮੇਸ਼ਰ ਜੀ ਦਾ ਪਿਆਰ ਅਤੇ ਧਿਆਨ ਆ ਕੇ ਇਸ ਨੂੰ ਸ਼ੁੱਧ ਸੁੱਖ ਰੂਪ ਕਰ ਰਿਹਾ ਹੈ। ਆਪਾਂ ਸਾਰੇ ਸੰਬੰਧਾਂ ਤੋਂ ਨਿਹਕੇਵਲ ਹੋ ਸਾਈਂ ਦੇ ਰੰਗ ਵਿੱਚ ਮਗਨ ਹੋ ਰਿਹਾ ਹੈ। ਆਪੇ ਨੇ ਸਾਡੇ ਸਾਰੇ ਛੋੜ ਕੱਟੇ ਹਨ ਅਤੇ ਉਹ ਰਸਤੇ ਪਾਇਆ ਹੈ ਕਿ ਸਰੀਰ ਸ਼ੁੱਧ ਹੋ ਜਾਏ, ਅੰਤਹਕਰਨ ਸ਼ੁੱਧ ਹੋ ਜਾਣ, ਮਾੜੇ ਸੰਸਕਾਰ ਦਵੈਤਤਾਈ ਦੇ ਸੰਸਕਾਰ ਨਾ ਰਹਿਣ, ਸਰੀਰ ਮਨ ਬੁੱਧ ਸਾਰੇ ਮੈਂ ਨਾ ਪਾਸਣ ਪਰ ਮੇਰੇ, ਅਤੇ ਫਿਰ ਇਸ ਮੇਰ ਸਾਰੀ ਨਾਲ ਸੰਬੰਧ ਟੁੱਟ ਜਾਏ ਅਤੇ ਮੈਂ ਰਹਿ ਜਾਏ। ਮੈਂ ਜਦ ਜਗਤ ਵੱਲ ਪਸਾਰੇ ਵੱਲ ਗ੍ਰਹਿਣ ਵੱਲ ਰੁੱਖ ਕਰੇਗੀ ਤਾਂ ਉਹ ਹੋਵੇਗੀ ਹਉਮੈਂ, ਜੋ ਫਿਰ ਉਪਰੀ ਸ਼ੈ ਹੈ, ਅਤੇ ਜੋ ਉਹ ਮੈਂ ਰੁੱਖ ਕਰੇਗੀ ਪਰਮੇਸ਼ਰ ਜੀ ਦੇ ਵੱਲ, ਉੱਧਰ ਰਾਗ ਕਰੇਗੀ ਅਤੇ ਇੱਧਰੋਂ ਵਿਰਾਗ ਅਰਥਾਤ ਸੁੱਤੇ ਵਿਰਾਗ ਵਿੱਚ ਹੋਵੇਗੀ ਤਾਂ ਅਨੰਤ ਆਪਣੀ ਮੇਰ ਨਾਲ ਉਸ ਨੂੰ ਅਪਣਾ ਲਏਗਾ। ਉਹ ਅਵਸਥਾ ਹੋਵੇਗੀ ਭਗਤੀ ਦੀ, ਉਹੀ ਹੋਵੇਗੀ ਸਫਲ ਗਿਆਨ ਦੀ। ਹੋਰ ਗਿਆਨ ਕਥਨੀ ਮਾਤਰ ਵਾਚੇ ਗਿਆਨ ਤਾਂ ਮਨ ਦਾ ਧਰਮ ਹੈ। ਫਿਰ ਆਪਨੇ ਸਮਝਾਇਆ ਹੈ ਕਿ ਅਸਲੀਅਤ ਦੀ ਪ੍ਰਾਪਤੀ ਲਈ ਜਦ ਤੱਕ ਦੇਹ ਹੀ ਹੈ, ਜਦ ਤੱਕ ਦੇਹ ਵਿੱਚ ਅੰਤਹਕਰਨ ਹਨ, ਜਦ ਤੱਕ ਇਹ ਟੁਰਦਾ ਫਿਰਦਾ ਖਾਂਦਾ ਪੀਂਦਾ ਅਤੇ ਕੰਮ ਕਰਦਾ ਹੈ, ਤਦ ਤੱਕ ਅੰਤਹਕਰਨ ਕੰਮ ਕਰਦੇ ਹਨ। ਇਸ ਦਾ ਧਰਮ ਹੈ ਸਿਮਰਨ ਵਿੱਚ ਰਹੇ, ਜਿਸ ਦਾ ਭਾਵ ਇਹ ਹੈ ਕਿ ਲਗਾਤਾਰ ਪ੍ਰੇਮ ਵਿੱਚ ਰਹੇ। ਸਿਮਰਨ ਪ੍ਰੇਮ ਹੈ, ਪ੍ਰੇਮ ਸਿਮਰਨ ਹੈ। ਇਸ ਨਾਲ ਜਗਤ ਦੇ ਵਿੱਚ ਵਸਦਾ ਜੀਵ ਹੋ ਜਾਵੇਗਾ ਉੱਚਾ, ਸੁੱਚਾ, ਸੁਖੀ ਅਤੇ ਰਸ ਵਿੱਚ ਤਾਂ ਜੀਵਨ ਮੁਕਤ। ਕੰਮ ਕਰੇਗਾ ਪਰ ਲਿਪਾਏਮਾਨ ਨਹੀਂ ਹੋਏਗਾ, ਸੁਖੀ ਹੋਵੇਗਾ। ਸੁੱਖ ਇਸ ਤੋਂ ਦਾਨ ਹੋਵੇਗਾ ਪਰ ਇਹ ਹਉ ਵਿੱਚ ਨਹੀਂ ਹੋਵੇਗਾ। ਇਹ ਮੈਂ ਸਮਝਿਆ ਅਤੇ ਲਿਖਿਆ ਹੈ ਆਪ ਦੀ ਮਿਹਰ ਨਾਲ, ਕੀਤੇ ਬਚਨਾਂ ਨਾਲ, ਝੰਡੇ ਤੋਂ ਸੁਣੇ ਆਪ ਦੇ ਵਾਕਾਂ ਤੋਂ ਅਤੇ ਆਪ ਦੀ ਕਿਰਪਾ ਦ੍ਰਿਸ਼ਟੀ ਨਾਲ ਜੋ ਆਪ ਨੇ ਅਸਾਂ ਪਰ ਪਾ ਕੇ ਸਾਡੇ ਛੋੜ ਕੱਟੇ ਹਨ। ਭੁੱਲ ਹੋਵੇ ਤਾਂ ਸਹੀ ਕਰ ਦਿਓ, ਖਿਮਾ ਕਰਨੀ ਮੈਂ ਆਪਣੇ ਢੰਗ ਨਾਲ ਗੱਲ ਸਮਝੀ ਹੈ ਅਤੇ ਦਲੇਰੀ ਕਰਕੇ ਦੁਹਰਾਈ ਹੈ। ਗੁਰੂ ਜੀ, ਤੁਸੀਂ ਠੀਕ ਸਹੀ ਕੀਤਾ ਹੈ, ਤੁਸੀਂ ਦੋਹਾਂ ਪਰ ਸਾਈਂ ਦੀ ਮਿਹਰ ਹੈ। ਜੀਵੇ ਹੋਏ ਹੋ, ਦੇਖੋ ਇਲਾਹੀ ਰੌਂ ਚੱਲ ਰਹੀ ਹੈ ਤੁਹਾਡੇ ਜਾਗੇ ਹੋਏ ਆਪੇ ਵਿੱਚ। ਪਰ ਇਹ ਨਾ ਸਮਝਣਾ ਕਿ ਪਰਮ ਪਦ ਦੀ ਅਵਸਥਾ ਜੋ ਸੱਤਿਆ ਹੈ ਉਹ ਕਿਸੇ ਜੜਤਾ ਤੁਲ ਹੈ। ਦੇਖੋ ਹੁਣ ਇਲਾਹੀ ਰੰਗ ਵਿੱਚ ਰੱਤੇ ਬੈਠੇ ਹਨ। ਕੁਝ ਚਿਰ ਮਗਰੋਂ ਇੰਦਰ ਸੈਨ ਨੂੰ ਯਾਦ ਆਇਆ ਕਿ ਮੈਨੂੰ ਤਾਂ ਝੰਡਾ ਲਿਆਇਆ ਸੀ
ਕਿ ਤੂੰ ਆਵੇਂ ਤਾਂ ਉਹ ਭੋਜਨ ਪਾਉਣ ਅਤੇ ਮੈਂ ਆ ਕੇ ਆਪਣੇ ਆਤਮ ਰਸ ਪੀਣ ਵਿੱਚ ਲੱਗ ਪਿਆ ਅਤੇ ਦਾਤੇ ਜੀ ਦੇ ਆਹਾਰ ਪਾਉਣ ਨਾਲ ਆਹਾਰ ਪਾਉਣ ਵੱਲ ਧਿਆਨ ਹੀ ਨਹੀਂ ਦਿੱਤਾ। ਤਦ ਅਧੀਨ ਹੋ ਕੇ ਬਿਨਾਂ ਕੀਤੇ ਕਿ ਆਹ ਹੁਣ ਕੁਝ ਅੰਗੀਕਾਰ ਕਰੋ। ਤਦੋਂ ਗੁਰੂ ਬਾਬੇ ਜੀ ਕੁਝ ਮੂੰਹ ਪਾਇਆ ਅਤੇ ਦੋਹਾਂ ਪ੍ਰਬੁੱਧ ਹੋਈ ਸੱਜਣਾਂ ਨੂੰ ਵੀ ਦਿੱਤਾ, ਉਹਨਾਂ ਵੀ ਖਾਧਾ। ਝੰਡਾ ਤਾਂ ਖਾ ਕੇ ਇਸ ਤਰ੍ਹਾਂ ਟਿਕਿਆ ਕਿ ਸਰੀਰ ਦੀ ਸੁੱਧ ਨਾ ਰਹੀ, ਜੁੜ ਗਿਆ ਐਸਾ ਕਿ ਦੇਹ ਤੋਂ ਮਾਨੋ ਬੇਖਬਰ ਹੈ। ਇੰਦਰ ਸੈਨ ਵੀ ਟਿਕ ਗਿਆ, ਪਰ ਉਹ ਉਸ ਤਰ੍ਹਾਂ ਦੇਹ ਤੋਂ ਬੇਖਬਰ ਨਹੀਂ ਹੋਇਆ, ਉਂਝ ਦੋਏ ਆਤਮ ਰਸ ਵਿੱਚ ਮਗਨ ਹੋ ਗਏ। ਦੋਨੋਂ ਬੈਠੇ ਹੋਏ ਅਡੋਲਾ, ਸੁਖ ਆਤਮ ਕੋ ਪਏ ਅਮੋਲਾ। ਤ੍ਰੈ ਪਹਿਰ ਰਾਤ ਇਸ ਤਰ੍ਹਾਂ ਬੀਤ ਗਈ। ਜਦ ਸੂਰਜ ਚੜ੍ਹਿਆ ਤਾਂ ਸਤਿਗੁਰਾਂ ਨੇ ਦੋਹਾਂ ਦੀ ਸਮਾਧ ਖੁਲਾਈ ਅਤੇ ਖੁਸ਼ੀ ਕੀਤੀ।